ਬੀਬੀ ਰਜਨੀ ਦੀ ਜਿਹੜੀ ਸਾਖੀ ਹੈ ਕਿ ਵਾਕਈ ਗੁਰੂ ਰਾਮਦਾਸ ਦੇ ਸਰੋਵਰ ਦੇ ਵਿੱਚ ਐਡਾ ਚਮਤਕਾਰ ਹੈਗਾ ਗਾ ਕਿ ਜਿਹੜਾ ਉੱਥੇ ਕਾਵਾਂ ਨੂੰ ਹੰਸ ਬਣਾ ਦਿੱਤਾ ਗਿਆ, ਕੋਹ ਠੀਕ ਕਰ ਦਿੱਤਾ ਗਿਆ। ਤੇ ਜਿਹੜੀ ਬੀਬੀ ਰਜਨੀ ਵਾਲੀ ਵਿਚਾਰ ਹੈ ਜੀ, 1637 ਦੀ ਗੱਲ ਹੈ। ਸੇਠ ਦੁਨੀ ਚੰਦ ਹੋਇਆ ਪੱਟੀ ਇਲਾਕੇ ਦਾ ਜੀ, ਜਿਹਦੇ ਵਿੱਚ ਲਿਖਿਆ ਵੀ ਸਾਡੀਆਂ ਉਹਦੀਆਂ 5 ਬੇਟੀਆਂ ਸੀ ਜੀ। ਜਿਹੜੀ ਸਭ ਤੋਂ ਛੋਟੀ ਬੇਟੀ ਸੀ ਉਹ ਮੰਨਦੀ ਸੀ ਵੀ ਮੈਂ ਰੱਬ ਦਾ ਦਿੱਤਾ ਖਾਨੀ ਹੈ ਤੇ ਆਪਦੇ ਕਰਮਾਂ ਦਾ ਦਿੱਤਾ ਖਾਨੀ ਹੈ। ਹਾਂਜੀ। ਤੇ ਵੱਡੀਆਂ 4 ਭੈਣਾਂ ਕਹਿੰਦੀਆਂ ਸੀ ਅਸੀਂ ਪਿਓ ਦਾ ਦਿੱਤਾ ਖਾਨੀ ਹੈ ਜੀ। ਤੋ ਜਦੋਂ ਇਸ ਗੱਲ ਨੂੰ ਦੁਨੀ ਚੰਦ ਸੇਠ ਨੇ ਸੁਣਿਆ ਤੇ ਉਹਨੂੰ ਆਪਦੀ ਛੋਟੀ ਬੱਚੀ ਤੇ ਉਹਤੇ ਇੰਨਾ ਗੁੱਸਾ ਆਇਆ, ਉਹਨੇ ਫਿਰ ਇਲਾਕੇ ਵਿੱਚੋਂ ਇੱਕ ਪਿੰਗਲਾ ਕੋਹੜੀ ਲੱਭਿਆ ਜਿਹੜਾ ਅਪਾਹਜ ਸੀ, ਆਪਣੇ ਪੈਰਾਂ ਤੇ ਚੱਲ ਨਹੀਂ ਸੀ ਸਕਦਾ ਜੀ, ਉਹਦੇ ਨਾਲ ਫਿਰ ਉਹਦਾ ਵਿਆਹ ਕਰਵਾ ਦਿੱਤਾ ਜੀ। ਜਦੋਂ ਉਹਦੇ ਨਾਲ ਉਹਦੀ ਸ਼ਾਦੀ ਹੋਈ ਨਾ ਤੇ ਫਿਰ ਉਹਨੂੰ ਖਾਰੇ ਚ ਬਿਠਾ ਕੇ ਦਰ ਦਰ ਤੇ ਭਟਕਦੀ ਫਿਰਦੀ ਸੀ, ਠੀਕ ਹੈ ਠੀਕ ਹੈ, ਪ੍ਰਸ਼ਾਦਾ ਮੰਗ ਕੇ ਛਕ ਲੈਣਾ, ਜਿੱਥੇ ਰੋਟੀ ਕਿਸੇ ਨੇ ਦੇ ਦੇਣੀ ਰਾਤ ਕੱਟ ਲੈਣੀ ਤੇ ਅਗਲੇ ਦਿਨ ਫਿਰ ਤੁਰ ਪੈਣਾ। ਤੇ ਇੱਧਰ ਅੰਮ੍ਰਿਤਸਰ ਸਾਹਿਬ ਉਦੋਂ ਵਸਿਆ ਨਹੀਂ ਸੀ। ਅੱਛਾ। ਤੇ ਇੱਕ ਛੱਪੜੀ ਦੇ ਕਿਨਾਰੇ ਜਦੋਂ ਪਹੁੰਚੇ ਹੈ ਤੇ ਇੱਕ ਰੁੱਖ ਲੱਗਿਆ ਬੇਰੀ ਦਾ, ਛੱਪੜੀ ਦੇ ਕਿਨਾਰੇ ਜੀ, ਤਲਾ ਕਹਿ ਲੋ। ਤੇ ਉੱਥੇ ਜਾ ਕੇ ਜਦੋਂ ਉਹ ਬੱਚੀ ਬੀਬੀ ਰਜਨੀ ਰੋਟੀ ਮੰਗਣ ਜਾਂਦੀ ਹੈ ਜੀ, ਤੇ ਉਹਦਾ ਘਰ ਵਾਲਾ ਜੋ ਦੇਖਦਾ ਵੀ ਇੱਥੇ ਕਾਂ ਵੜਦੇ ਨੇ, ਕਾਲੇ ਕਾਂ ਵੜਦੇ ਨੇ ਤੇ ਚਿੱਟੇ ਰੰਗ ਦੇ ਹੰਸ ਬਣ ਬਣ ਨਿਕਲਦੇ ਨੇ, ਤੇ ਉਹ ਰਿੜਦਾ 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 ਉਹ ਛੱਪੜੀ ਚ ਚਲਿਆ ਗਿਆ ਜੀ, ਜਿੱਥੇ ਅੱਜ ਦੁੱਖ ਭੰਜਣੀ ਬੇਰੀ ਹੈ। ਉੱਥੇ ਜਾ ਕੇ ਜਦੋਂ ਉਹਨੇ ਚੁੱਭੀ ਲਾਈ ਜੀ, ਤੇ ਉਹ ਕੰਚਨ ਵਰਗਾ ਸਰੀਰ ਉਹਦਾ ਹੋ ਗਿਆ। ਇਹਦੇ ਵਿੱਚ ਇਹ ਹੈ ਵੀ ਜਾਂ ਤੁਸੀਂ ਇਹ ਸਮਝ ਸਕਦੇ ਹੋ ਵੀ ਬੀਬੀ ਰਜਨੀ ਦੀ, ਬੀਬੀ ਰਜਨੀ ਦਾ ਸਿਦਕ ਕਹਿ ਲੋ, ਪਤੀ ਵਰਤਾ ਧਰਮ ਕਹਿ ਲੋ, ਠੀਕ ਹੈ, ਵੀ ਉਹਦੇ ਵਿਸ਼ਵਾਸ ਔਰ ਉਹਦੇ ਇਸ ਭਾਣੇ ਨੂੰ ਦੇਖਦਿਆਂ ਹੋਇਆਂ ਪਰਮੇਸ਼ਰ ਨੇ ਕਲਾ ਵਰਤਾ ਦਿੱਤੀ ਉੱਥੇ। ਪਰ ਇਹ ਤਾਂ ਮਨ ਘੜਤ ਕਹਾਣੀ ਕਹੀ ਜਾ ਰਹੀ ਹੈ, ਤੁਸੀਂ ਵੀ ਜਿਵੇਂ ਸੁਣਾਈ ਇਹ ਕਹਾਣੀ, ਕਹਿੰਦੇ ਬਚਪਨ ਦੇ ਵਿੱਚ ਇਹ ਤਾਂ ਪੁਰਾਣੇ ਬੰਦਿਆਂ ਨੇ ਮਨ ਘੜੀ ਹੋਈ ਆ, ਕੋਈ ਇਤਿਹਾਸ ਨਹੀਂ ਇਹਦਾ, ਕੋਈ ਹਵਾਲਾ ਨਹੀਂ। ਦੂਜਾ ਚਮਤਕਾਰ ਤਾਂ ਸਿੱਖ ਧਰਮ 'ਚ ਹੁੰਦਾ ਹੀ ਨਹੀਂ ਗਾ। ਨਹੀਂ, ਜਿਹੜੀ ਚਮਤਕਾਰ ਦੀ ਗੱਲ ਹੈ ਨਾ ਮਹਾਰਾਜ ਜੀ ਜੀ, ਇਹਨੂੰ ਆਪਾਂ ਝੂਠਾ ਨਹੀਂ ਕਹਿ ਸਕਦੇ। ਮੈਂ ਤੁਹਾਨੂੰ ਪਹਿਲੀ ਦੱਸਿਆ ਨਾ, ਹਾਂ ਪੱਖੀ ਹੈ ਅੱਧੇ, ਨਾ ਪੱਖੀ ਹੈ। ਜਿਹੜੀ ਚਮਤਕਾਰ ਦੀ ਗੱਲ ਹੈ ਤੇ ਗੁਰੂ ਨਾਨਕ ਸਾਹਿਬ ਦਾ ਜੀਵਨ ਪੜ੍ਹ ਕੇ ਵੇਖ ਲੋ। ਬਾਬਰ ਦੇ ਕੈਦ ਖਾਨੇ ਵਿੱਚ ਚੱਕੀਆਂ ਫਿਰੀਆਂ ਜੀ, ਗੁਰੂ ਨਾਨਕ ਸਾਹਿਬ ਨੇ ਜਦੋਂ ਮਹਾਰਾਜ ਮਾਤਾ ਸੁਲੱਖਣੀ ਨੂੰ ਵਿਆਹੁਣ ਗਏ ਆ, ਤੇ ਫਿਰ ਉਸ ਵੇਲੇ ਕੀ ਹੋਇਆ ਸੀਗਾ ਵੀ ਉਹ ਕੰਧ ਮਹਾਰਾਜ ਤੇ ਸਿੱਟਣ ਲੱਗੇ ਸੀ ਜੀ, ਜਿੱਥੇ ਬਰਾਤ ਬੈਠੀ ਸੀ, ਠੀਕ ਹੈ,
ਤੇ ਕਿਉਂਕਿ ਵੀ ਉਹ ਮਹਾਰਾਜ ਦੇ ਨਾਲ ਸਾਰੇ ਸਾਧ ਸੀ, ਕੋਈ ਡੁੱਡਾ ਸੀ, ਕੋਈ ਪਿੰਗਲਾ ਸੀ, ਕੋਈ ਅਪਾਹਜ ਸੀ, ਕਿਵੇਂ ਵੀ ਸੀ, ਵੀ ਮਹਾਰਾਜ ਇਕੱਠੇ ਕਰਕੇ ਲੈ ਗਏ ਸੀ ਬਰਾਤ। ਅੱਛਾ, ਵੀ ਅਮੀਰਾਂ ਨੂੰ ਤਾਂ ਸਾਰੇ ਹੀ ਲਿਜਾਂਦੇ ਆ, ਬੰਠਣ ਕੇ ਤਾਂ ਸਾਰੇ ਹੀ ਜਾਂਦੇ, ਇਹਨਾਂ ਨੂੰ ਵਿਆਹ ਖਵਾ ਕੇ ਲਿਆਈਏ ਜਿਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ। ਉਹ ਫਿਰ ਮਹਾਰਾਜ ਨੇ ਵਰ ਦਿੱਤਾ ਵੀ ਇਹ ਕੰਧ ਜੁਗਾਂ ਜੁਗਾਂ ਤੱਕ ਖੜੀ ਰਹੂਗੀ ਜੀ। ਅੱਜ ਵੀ ਉਹ ਦੀਵਾਰ ਉਵੇਂ ਖੜੀ ਆ ਮਹਾਰਾਜ ਜੀ, ਗੁਰਦੁਆਰਾ ਕੰਧ ਸਾਹਿਬ ਗੁਰਦੁਆਰਾ ਆਇਆ ਜੀ। ਫਿਰ ਇਹਨੂੰ ਕੀ ਕਹੋਗੇ? ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜ਼ਿਕਰ ਹੋਇਆ ਇਹਦਾ, ਦੁੱਖ ਭੰਜਨੀ ਦਾ ਦੁੱਖ? ਇਹਦਾ ਜ਼ਿਕਰ ਇਹ ਹੈ ਵੀ ਇੱਕ ਤਾਂ ਸ਼ਬਦ ਆਪਾਂ ਪੜ੍ਹ ਸਕਦੇ ਹਾਂ, ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੈ ਕਊਆ ਹੰਸ ਹੋਵੇ ਜੀ। ਇਹਦਾ ਮਤਲਬ ਜੇ ਕਊਆ ਹੰਸ ਹੋਇਆ ਤੇ ਮਹਾਰਾਜ ਨੇ ਇਹਦਾ ਮਤਲਬ ਵੀ ਉੱਥੇ ਜਿਹੜੇ ਕਿੰਤੂ ਪਰੰਤੂ ਕਰਦੇ ਵੀ ਝੂਠੀ ਉਦਾਹਰਣ ਦੇ ਦਿੱਤੀ। ਪਰ ਇਹਦਾ ਵਿਰੋਧ ਵੀ ਸਿੱਖ ਹੀ ਕਰ ਰਹੇ ਨੇ, ਕਹਿੰਦੇ ਸਾਡੇ ਧਰਮ ਨੂੰ ਇਹ ਤਾਂ ਪਖੰਡਵਾਦ ਦੇ ਵੱਲ ਲੈ ਕੇ ਜਾ ਰਹੇ ਨੇ, ਫਿਰ ਉਹ ਕਿਉਂ ਵਿਰੋਧ ਕਰ ਰਹੇ ਆ? ਨਹੀਂ ਨਹੀਂ, ਮੈਂ ਸਗੋਂ ਇਹ ਗੱਲ ਕਹੂੰਗਾ ਇਹਦੇ ਵਿੱਚ ਮੈਂ ਇਹ ਗੱਲ ਕਹੂੰਗਾ ਵੀ ਜੇ ਤੁਸੀਂ ਕਹਿੰਦੇ ਸੀ ਨਾ ਵੀ ਕੱਲਾ ਗਿਆਨ ਹੀ ਲੈਣਾ ਗੁਰੂ ਘਰੋਂ ਜਾ ਕੇ, ਤੇ ਉਹ ਇੱਕ ਬਿਲਡਿੰਗ ਹੈ ਤੇ ਉਹ ਇੱਕ ਪਾਣੀ ਦਾ ਬਸ ਇੱਕ ਸੋਮਾ ਆ ਉੱਥੇ, ਹੋਰ ਇਦੋਂ ਵੱਧ ਕੁਛ ਨਹੀਂ। ਅਰੇ ਅਕੋਰਡਿੰਗ ਟੂ ਸਾਇੰਸ ਤੁਸੀਂ ਅੱਜ ਕਿੱਥੋਂ ਤੱਕ ਦੁਨੀਆਂ ਪਹੁੰਚ ਗਈ। ਸਾਇੰਸ ਨੇ ਸਿੱਧ ਕਰ ਦਿੱਤਾ ਵੀ ਪਾਣੀ ਦੇ ਕੋਲ ਤੁਸੀਂ ਹੇਠ ਸਪੀਚ ਦੇ ਕੇ ਦੇਖੋ ਤੇ ਉਹੋ ਜਿਹੇ ਉਹਦੇ ਟਿਸ਼ੂ ਹੋ ਜਾਂਦੇ ਆ, ਪਾਣੀ ਵੀ ਆਪਦਾ ਮਤਲਬ ਕਿ ਟਿਸ਼ੂ ਉਹਦੇ ਚੇਂਜ ਹੁੰਦੇ ਆ। ਜੇ ਉੱਥੇ ਪਾਣੀ ਕੋਲੇ ਜਾ ਕੇ ਤੁਸੀਂ ਮਿਠਾਸ ਨਾਲ ਗੱਲ ਕਰੋਗੇ ਉਹ ਪਾਣੀ ਤੁਹਾਡਾ ਅਸਰ ਕਬੂਲਦਾ, ਪਾਣੀ ਦਾ ਅਸਰ ਕਬੂਲਦਾ ਪਾਣੀ ਮਹਾਰਾਜ ਜੀ। ਬੰਦੇ ਦੇ ਸਰੀਰ ਵਿੱਚ ਕਿੰਨਾ ਪਰਸੈਂਟੇਜ ਪਾਣੀ ਦਾ ਆ, ਤੇ ਉਹ ਕਹਿਣ ਤੋਂ ਭਾਵ ਹੈ ਵੀ ਮੈਂ ਤਾਂ ਬੇਨਤੀ ਕਰ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜੀਆਂ ਉਦਾਹਰਣਾਂ, ਇਹਨਾਂ ਚੀਜ਼ਾਂ ਕਰਕੇ ਸਾਡੇ ਕੱਟੜ ਪੁਣੇ ਨੇ ਨਾ ਸਾਡੇ ਲੋਕ ਸਿੱਖੀ ਤੋਂ ਦੂਰ ਕਰ ਦਿੱਤੇ। ਇਹ ਫਿਰ ਜਿਹੜਾ ਇਸ ਤਰੀਕੇ ਦੀਆਂ ਅਫਵਾਹਾਂ ਫੈਲਾਈਆਂ ਜਾਂਦੀਆਂ ਨੇ ਕਿ ਇਹ ਤਾਂ ਪਖੰਡ ਆ, ਇਹ ਫਿਰ ਜਾਣਬੁੱਝ ਕੇ ਕੀਤਾ ਜਾਂਦਾ, ਇਹ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਨੇ? ਮੈਂ ਤਾਂ ਸਿਰਫ ਇਹ ਕਹੂੰਗਾ ਇਹ ਆਰਐਸਐਸ ਦੇ ਬੰਦੇ ਆ ਜਿਹੜੇ ਉਹਨਾਂ ਨੇ ਪਲਾਂਟ ਕੀਤੇ ਆ ਸਿੱਖੀ ਸਰੂਪ ਦੇ ਵਿੱਚ, ਠੀਕ ਹੈ ਜੀ, ਜਿਹੜੇ ਗੁਰੂ ਘਰ ਦੇ ਪ੍ਰਤੀ ਇਹਨਾਂ ਦੀ ਸ਼ਰਧਾ ਆਸਥਾ ਨੂੰ ਖਤਮ ਕਰਨਾ ਚਾਹੁੰਦੇ ਆ ਜੀ, ਤੇ ਕਿਤੇ ਨਾ ਕਿਤੇ ਉਹ ਅੱਜ ਆਪਣੇ ਮਗਰ ਲਾਉਣਾ ਚਾਹੁੰਦੇ। ਤੁਸੀਂ ਮੈਨੂੰ ਐਂ ਦੱਸੋ ਭਾਜੀ, ਅੱਜ ਪੰਜਾਬ ਦੇ ਵਿੱਚ ਕਿੰਨਾ ਪਖੰਡਵਾਦ ਵੱਧ ਗਿਆ, ਕਿੰਨੇ ਦੇਹਧਾਰੀ ਡੰਬ ਗੁਰੂ, ਕਿੰਨਾ ਪਖੰਡ ਚੱਲ ਰਿਹਾ। ਇਹ ਪਖੰਡ ਅਸੀਂ ਆਪ ਬਣਾਉਣ ਵਾਲੇ ਮਹਾਰਾਜ। ਅਸੀਂ ਜਦੋਂ ਇੱਥੋਂ ਕਹਿਣ ਲੱਗ ਗਏ ਵੀ ਗੁਰੂ ਕੋਲੋਂ ਇਕੱਲਾ ਗਿਆਨ ਲਓ ਜੀ, ਗਿਆਨ ਲੈ ਕੇ ਜੀਵਨ ਬਣਾਓ, ਅਜੇ ਅਸੀਂ ਕਦੋਂ ਕਹਿੰਦੇ ਵੀ ਗਿਆਨ ਨਾ ਲਓ, ਗਿਆਨ ਲਓ, ਪਰ ਗੁਰੂ ਦਾਤਾਂ ਵੀ ਦਿੰਦਾ ਹੈ, ਗੁਰੂ ਝੋਲੀਆਂ ਵੀ ਭਰਦਾ ਹੈ। ਇਹ ਘਰ ਹੈ, ਇੱਥੇ ਸਾਰੇ ਸੁੱਖ ਮਿਲਦੇ ਨੇ, ਇੱਥੇ ਜਿਹੜੀ ਕੋਈ ਇੱਛਾ ਲੈ ਕੇ ਆਊਗਾ ਉਹਨੂੰ ਉਹੋ ਜਿਹਾ ਫਲ ਮਿਲੂਗਾ, ਜੇ ਕੋਈ ਗਿਆਨ ਲੈਣ ਆਇਆ ਉਹਨੂੰ ਗਿਆਨ ਮਿਲੂਗਾ, ਜੇ ਕੋਈ ਪਦਾਰਥ ਮੰਗਦਾ ਗੁਰੂ ਸਾਹਿਬ ਤੋਂ ਸੁੱਖ ਮੰਗਦਾ ਉਹਨੂੰ ਸੁੱਖ ਵੀ ਮਿਲਦੇ। ਬਿਲਕੁਲ,